अस्सलाम वालेकुम सजनों ते बेलियो, एक दफा फिर पाकिस्तान दे एक मशहूर व्यापारी यूसुफ जट साहब दे डेरे ते मौजूद हां ते अज दी इस वीडियो च 2022 दी कुर्बानी वास्ते प्योर साहीवाल दे जेड़े बच्चे ने मुंह च दो दंद ओ चेक करावांगे ते इन्हां दे जेड़े रेट ने ओ भी मालूम करांगे। साहीवाल नसल दे भी मौजूद ने, इस तों अलावा दो साहीवाल ने जी ते दो जेड़े ने चोलोस्तानी ते साहीवाल क्रॉस ने ते एक देसी ते साहीवाल क्रॉस। ठीक है, टोटल पांच बच्चे ने। हां जी ठीक है। अस्सलाम वालेकुम। वालेकुम सलाम जी। जट साहब क्या हाल है? ठीक हो जी? अल्लाह दी रहमत है भाई जान। माशाल्लाह जी, सारे दोस्तों नु जनाब दा तारफ है, वे जनाब नु जानदे ने। एक दफा फिर अपना ते अपने फार्म दा मुकम्मल तारफ करवा दे। जिला गुजरांवाला जी, तहसील वजीराबाद है। वजीराबाद तो सियालकोट रोड ते 2 किलोमीटर है, जिथे वजीराबाद खत्म बादी हुंदी है। सोधरा मोड़ स्टॉप है, सोधरे मोड़ तो अगे ब्राह्म पिंड है, सोधरे दे विचों लंघ के अगे। माशाल्लाह मज्जां दा ज्यादा काम करदे हो। माशाल्लाह 2022 ਦੀ ਕੁਰਬਾਨੀ ਵਾਸਤੇ ਬੱਚੇ ਨੇ ਜੀ, ਬੱਚਾ ਨੰਬਰ 1 ਪਿਓਰ ਸਾਈਵਾਲ। ਤਾਂ ਮਾਸ਼ਾਅੱਲਾ ਇਹ ਉਹੀ ਬੱਚੇ ਨੇ ਜਿਹੜੇ 20-20 ਮੰਨ ਦੇ ਨਜ਼ਦੀਕ ਜਾਂਦੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜੀ। ਠੀਕ ਹੈ, ਮੂੰਹ 'ਚ ਦੋ ਦੰਦ ਹੋ ਗਿਆ ਹੈ ਭਾਈ ਮਾਜੀ। ਲਓ ਜੀ ਦੋਸਤੋ, ਚੈੱਕ ਕਰ ਲਓ ਜੀ, ਜ਼ਰਾ ਤਸੱਲੀ ਕਰਾ ਦਿੰਨੇ ਆ। ਇਹ ਅਗਲੇ ਸਾਲ ਜਿਨ੍ਹਾਂ ਫਾਰਮ ਵਾਸਤੇ ਤਿਆਰ ਕਰਨੇ ਨੇ ਨਾ ਜੀ ਜੀ, ਉਹਨਾਂ ਵਾਸਤੇ ਬੱਚੇ ਨੇ। ਠੀਕ ਹੈ ਠੀਕ ਹੈ। ਪਿਓਰ ਸਾਈਵਾਲ, ਪਿਓਰ ਸਾਈਵਾਲ ਇੱਕ ਚੱਕਰ ਲਵਾ ਕੇ ਭਾਈ ਲੈ ਆਓ। ਦੂਸਰਾ ਕੰਡ ਪੁੱਠਾ ਜਿਹੜਾ ਨਾ ਬੱਚੇ ਦਾ, ਚੰਗਾ ਅੱਲਾ ਦੇ ਹੁਕਮ ਨਾਲ ਗੋਲ ਹੈ ਬੱਚਾ। ਮਾਸ਼ਾਅੱਲਾ ਲਓ ਵਧਣ, ਇਸ ਟਾਈਮ ਬੱਚੇ ਦਾ ਹੋਵੇਗਾ 6 ਤੋਂ 6.5 ਮਣ। 6 ਤੋਂ ਗੋਸ਼ਤ ਗੋਸ਼ਤ ਇਨਸ਼ਾਅੱਲਾ ਜੀ, 6 ਤੋਂ 6.5 ਮਣ। ਪਿਓਰ ਸਾਈਵਾਲ, ਮੂੰਹ 'ਚ ਦੋ ਦੰਦ, ਬੱਚਾ ਨੰਬਰ 1 ਸੀ ਜੀ। ਜੱਟ ਸਾਹਿਬ ਨੰਬਰ 1 ਦਾ ਰੇਟ ਇਹਦਾ ਭਾਜੀ, ਜੇ ਰੇਟ ਤੇ ਉਹ ਹਿਸਾਬ ਨਾਲ ਕਰੀਏ ਤੇ ਜਿਸ ਤਰ੍ਹਾਂ ਮੰਡੀਆਂ ਤੇਜ਼ ਨੇ ਤੇ ਰੇਟ ਪੇ ਚੱਲਦਾ 2-2 ਤੇ 2.5-2.5 ਤੇ 3-3 ਲੱਖ। ਅਰ ਅਸੀਂ ਬੱਚਾ ਦੇਾਂ ਤੇ 1.5 ਲੱਖ ਦਾ। 1,50,000? ਹਾਂ ਜੀ 1,00,000। ਪਿਆਰ ਮੁਹੱਬਤ ਹੋਈਏ ਦਾ, ਪਿਆਰ ਮੁਹੱਬਤ ਹੋ ਜਾਏਗਾ ਇਨਸ਼ਾਅੱਲਾ। ਬਾਈ ਇਹ ਕੋ ਲੈ ਕੇ ਆਓ ਜੀ, ਬੱਚਾ ਨੰਬਰ 2। ਇਹ ਹੁਣ ਬੱਚਾ ਜਿਹੜਾ ਆਪਣਾ ਬੱਚਾ ਚੋਖਾ ਸਾਰਾ ਖੂਬਸੂਰਤ ਵੀ ਹੈ ਤੇ ਨਸਲੂ ਵੀ ਚੋਖਾ ਸਾਰਾ ਚੰਗਾ ਹੈ। ਜ਼ਿੰਦਾਬਾਦ। ਲੋ ਜੀ ਦੋਸਤੋ, ਚੈੱਕ ਕਰੋ ਜੀ, ਬੱਚਾ ਨੰਬਰ 2 ਲੰਮਾ ਕਟੋਰੀ ਆ ਵੀ ਪਿਓਰ ਸਾਈਵਾਲ ਲੰਮਾ ਕਰ। ਮਾਸ਼ਾਅੱਲਾ। ਲੋ ਜੀ ਦੋਸਤੋ, ਮੁਕੰਮਲ ਨਜ਼ਾਰਾ ਕਰੋ ਜੀ। ਬੱਚੇ ਦੀ ਝਾਲਰ ਉੱਤੇ ਬੰਨ, ਥੱਲੇ ਨਾਫ, ਦੂਸਰਾ ਬੱਚੇ ਦੀ ਨਸਲ ਜੀ ਜੀ, ਖੂਬਸੂਰਤੀ ਘੱਟ ਬੱਚਿਆਂ ਦੀ ਹੋਵੇ ਦੀ। ਬਿਲਕੁਲ ਜੀ। ਲੋ ਜੀ ਦੋਸਤੋ, ਚੈੱਕ ਕਰੋ ਜੀ, ਬੱਚਾ ਨੰਬਰ 2 ਪਿਓਰ ਸਾਈਵਾਲ ਤੇ ਕਿੰਨਾ ਕੁ ਵਜ਼ਨ ਹੈ ਜੀ ਇਹਦਾ? ਇਹਦਾ ਵਜ਼ਨ 7 ਮਣ ਤੋਂ ਜ਼ਿਆਦਾ ਹੋਵੇਗਾ, 7 ਤੋਂ 8 ਦੇ ਵਿੱਚ। 7 ਮਣ ਪੱਕਾ ਇਨਸ਼ਾਅੱਲਾ ਹੋਵੇਗਾ। 7 ਮਣ ਪੱਕਾ ਦੂਸਰਾ। ਚਲੋ ਬੱਚੇ ਸਾਰੇ ਠੀਕ ਨੇ, ਵੇਖੋ ਹਾਂ। ਇਹ ਚੈੱਕ ਕਰੋ, ਮਾਸ਼ਾਅੱਲਾ ਕੀ ਬਾਤ ਹੈ। ਮੂੰਹ 'ਚ ਕਿੰਨੇ ਦੰਦ? ਮੂੰਹ 'ਚ ਦੋਂਦਾ ਹੁੰਦਾ ਪਿਆ, ਦੋਂਦਾ ਹੁੰਦਾ ਗਿਆ ਹੀ ਹੁੰਦਾ ਪਿਆ ਇੱਧਰ ਕਰੀ। ਠੀਕ ਹੈ ਲੋ ਜੀ ਦੋਸਤੋ, ਕੱਢਦਾ ਪਿਆ ਦੰਦ। ਠੀਕ ਹੈ, ਇਹ ਚੈੱਕ ਕਰ ਲਓ ਜੀ। ਠੀਕ ਹੈ ਜੀ, ਤੋਰਿਓ ਭਾਈ। ਬੱਚਾ ਨੰਬਰ 2 ਪਿਓਰ ਸਾਈਵਾਲ, ਮੂੰਹ 'ਚ ਦੋ ਦੰਦ ਤੁਹਾਡੇ ਸਾਹਮਣੇ। ਮਾਸ਼ਾਅੱਲਾ ਜੀ, 7 ਕਮਾਨ ਦੇ ਨਜ਼ਦੀਕ ਗੋਸ਼ਤ ਗੋਸ਼ਤ 7 ਮਾਣ ਇਨਸ਼ਾਅੱਲਾ ਪੱਕਾ ਹੋਵੇ ਦਾ, ਵਾਧੀ ਹੋਵੇ ਦਾ, ਬੋਟੀ ਘਟ ਨਹੀਂ ਹੋਣ ਲਾ। ਠੀਕ ਹੈ ਜੀ ਜੱਟ ਸਾਹਿਬ, ਬੱਚੇ ਨੰਬਰ 2 ਦਾ ਰੇਟ ਇਹਦਾ ਭਾਜੀ, ਜੇ ਤੇ ਗੋਸ਼ਤ ਦਾ ਵੀ ਰੇਟ ਲਾਈਏ ਤਾਂ ਵੀ 2 ਲੱਖ ਦਾ ਬਣ ਜਾਂਦਾ, 1,80,000 ਦਾ। ਠੀਕ ਹੈ, ਪੂਰੇ 2 ਲੱਖ ਦਾ ਬੱਚਾ ਦੇ ਹੜਾਂਗੇ। 2 ਲੱਖ ਦਾ? ਹਾਂ ਜੀ। ਠੀਕ ਹੈ, ਅਗੋ ਆ ਗਿਆ ਬੱਚਾ ਨੰਬਰ। ਚੋਲਸਤਾਨੀ ਬੱਚਾ ਜੀ, ਚੋਲਸਤਾਨੀ ਪਿਓਰ। ਹਾਂ ਜੀ ਪਿਓਰ ਚੋਲਸਤਾਨੀ, ਪਿਓਰ ਚੋਲਸਤਾਨੀ। ਮਾਸ਼ਾਅੱਲਾ ਜੀ, ਚਿਹਰਾ ਦਾ ਲਾਜਵਾਬ ਲੱਗਦਾ ਪਿਆ, ਜ਼ਰਾ ਚੈੱਕ ਕਰਾਨੇ ਆ। ਪਿਓਰ ਚੋਲਸਤਾਨੀ, ਮਾਸ਼ਾਅੱਲਾ। ਬਾਈ ਜਨ ਖਿਲਾਰੇ ਉੱਥੇ, ਜ਼ਰਾ ਚਿਹਰਾ ਚੈੱਕ ਕਰਾ ਲੈਂਦੋ, ਚਿਹਰਾ ਸਾਹਮਣੇ ਕਰਿਓ। ਲੋ ਜੀ ਦੋਸਤੋ, ਚਿਹਰਾ ਚੈੱਕ ਕਰੋ, ਮਾਸ਼ਾਅੱਲਾ ਜੀ। ਦੂਸਰਾ ਬੱਚੇ, ਕਾਲੀ ਅੱਖ, ਨਾਫ, ਝਾਲਰ ਬੱਚੇ ਦੀ। ਐ ਚੈੱਕ ਕਰੋ ਝਾਲਰ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇੱਕ ਮਿਸਾਲ ਬਣੇਦਾ ਵੀ ਬੱਚਾ ਜਿੰਨਾ ਕੁ ਖੂਬਸੂਰਤ। ਇਨਸ਼ਾਅੱਲਾ। ਐ ਚੈੱਕ ਕਰੋ ਜੀ, ਬੱਚਾ ਨੰਬਰ 3, ਮਾਸ਼ਾਅੱਲਾ ਪੂਰਾ ਗੁੱਥਿਆ, ਸਿਹਤ ਵਿੱਚ ਹੈ ਜੀ, ਤਸੱਲੀ ਕਰ ਲਓ ਜੀ। ਪਿਓਰ ਚੋਲਸਤਾਨੀ ਬੱਚਾ ਨੰਬਰ 3, ਮਾਸ਼ਾਅੱਲਾ। ਐ ਤਸੱਲੀ ਕਰੋ ਜੀ। ਲੋ ਜੀ ਦੋਸਤੋ, ਮੂੰਹ 'ਚ ਕਿੰਨੇ ਦੰਦ? ਦੋਂਦਾ ਜੀ, ਅਭੀ ਦੋ ਦੰਦ। ਹਾਂ ਜੀ, ਤੇ ਕਿੰਨਾ ਕਿਹਦਾ ਗੋਸ਼ਤ? ਗੋਸ਼ਤ ਗੋਸ਼ਤ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਸ ਟਾਈਮ 5 ਮਣ ਹੋਵੇਗਾ। 5 ਮਣ? ਹਾਂ ਜੀ ਠੀਕ ਹੈ ਜੀ। ਜੱਟ ਸਾਹਿਬ, ਬੱਚੇ ਨੰਬਰ 3 ਦਾ ਰੇਟ ਇਹਦਾ ਜੀ 1,30,000 ਰੁਪਈਆ ਫਾਈਨਲ, 1,30,000 ਦਾ ਦੇ। 1,30,000, ਮਜ਼ੀਦ ਕੋਈ ਪਿਆਰ ਮੁਹੱਬਤ ਇਨਸ਼ਾਅੱਲਾ ਹੋਈ ਹੈ ਜੀ, ਇਨਸ਼ਾਅੱਲਾ ਅੱਲਾ ਦੇ ਹੁਕਮ। ਠੀਕ ਹੈ, ਅਗੋ ਆ ਗਿਆ ਸਾਈਵਾਲ ਕ੍ਰਾਸ। ਇਹ ਜੀ ਦੇਸੀ ਤੇ ਸਾਈਵਾਲ ਕ੍ਰਾਸ, ਦੇਸੀ ਤੇ ਸਾਈਵਾਲ ਦਾ ਕ੍ਰਾਸ। ਬੱਚਾ ਨੰਬਰ 4 ਦੇਸੀ ਤੇ ਸਾਈਵਾਲ ਦਾ ਕ੍ਰਾਸ। ਮੂੰਹ 'ਚ ਕਿੰਨੇ ਦੰਦ ਆ? ਇਹ ਦੋਂਦਾ ਹੈ ਵੀ। ਠੀਕ ਹੈ, ਵੀ ਦੋ ਦੰਦ ਦੇ। ਉਹ ਆਖਰੀ ਵਾਲਾ ਬੱਚਾ ਚੋਗਾ ਹੈ, ਚੋਗਾ ਹੈ। ਠੀਕ ਹੈ, ਲੋ ਜੀ ਦੋਸਤੋ, ਚੈੱਕ ਕਰ ਲਓ ਜੀ, ਸਾਹੀਵਾਲ ਤੇ ਦੇਸੀ ਦਾ ਕ੍ਰਾਸ, ਵੱਛਾ ਨੰਬਰ 4, ਮੂੰਹ 'ਚ ਦੋ ਦੰਦ, ਝਾਲਰ ਤੁਹਾਡੇ ਸਾਹਮਣੇ। ਮਾਸ਼ਾਅੱਲਾ ਜਿਹੜੀ ਇਸ ਬੱਚੇ ਦੀ ਵੀ ਖੂਬਸੂਰਤੀ ਜਿਹੜੀ ਹੈ ਨਾ, ਉਹ ਵੀ ਸਾਰਿਆਂ ਬੱਚਿਆਂ ਨੂੰ ਸੋਹਣੀ ਹੋਵੇ ਦੀ, ਬਹੁਤ ਆਣਾ। ਬਿਲਕੁਲ, ਰੰਗ, ਦੂਸਰਾ ਨਸਲ ਵੀ ਚੰਗੀ ਹੈ ਬੱਚੇ ਦੀ।
क्योंकि इन्हों का गोशत भी दूसर बच्चों माण बद ही निकलता है इनशाला साहिवाल तो देसी का क्रॉस ठीक है लो जी दोस्तों मुकम्मल नजारे करो जी हाइट थोड़े सामने रंगा थोड़े सामने बच्चा नंबर चार मूँह च दो दंद साहिवाल देसी का क्रॉस तो रहे भाई जान तो माशाला जी है भी सेहत बच्चे ने सारे जानवर गुत्थे ने ए चेक करो जी तसली कर लेनी है बच्चा नंबर चार साहिवाल तो देसी का क्रॉस मूँह च दो दंद हाँ जी गल जट साहब हाँ जी हाँ जी गल ठीक जी जट साहब बच्चे नंबर चार का रेट एदा भाई गोशे का ही रेट एदा भी 1,30,000 रुपये का तेहड़ा ने पांच मन गोश्त बच्चे जी इंशाल्लाह अल्लाह दे कमना 1,30,000 दा ठीक है सेहतमंद ठीक है ठीक है टोरियो भाई झालर माशाल्लाह तुहाडे सामने जी लाजवाब चीज है तनु वेदा बच्चे दा गोशत इंशाल्लाह साहिवाल ते देसी दा साहिवाल ते वलाती दा क्रॉस वलाती दा क्रॉस ठीक है लो जी दोस्तों चेक कर लो जी वलाती दी एवें विच रह गई है बहुता साहिवाल ही ज्यादा साहिवाल देसी ते साहिवाल अच्छा नंबर 5 मुंह च चार दंद हो रहे जी जट साहब बच्चे नंबर 4 दा रेट एदा भाई 1.5 लाख रुपया रेट अच्छा नंबर 5 1,50,000 हां जी ते नंबर ए رابطہ کرنا 0301 51,10,555 इस नंबर से बच्चों का रबता करना ठीक है हाँ जी होर वेखने वास्ते पैगाम होर वेखन वास्ते यही है कि सारे भरा जदू कोई बच्चे की किसी भरा जरूरत हो जदू चाहे रबता कर सकता है बच्चों वास्ते इजाजत लीजिए हाँ जी इजाजत चाहते हैं अल्लाह हाफिज़।